ਹੈਲੋ ਜੀ, ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਹੋ ਤੁਸੀਂ ਸਾਰੇ ਜਾਣੇ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਹਾਂਜੀ, ਜਿਹੜੇ ਨਵੇਂ ਵਿਊਅਰਸ ਦੇਖ ਰਹੇ ਆ, ਆਪਾਂ ਉਹਨਾਂ ਨੂੰ ਦੱਸ ਦਿੰਦੇ ਹਾਂ, ਅਸੀਂ ਸਰਵ ਕਰਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਹਾਂ। ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ, ਸਾਡਾ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ, ਪ੍ਰਿੰਟ ਪਸੰਦ ਆਉਂਦਾ, ਤਾਂ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ, ਉਸ ਦੇ ਉੱਪਰ ਤੁਸੀਂ ਕਰ ਦੇਣਾ ਵਟਸਐਪ ਮੈਸੇਜ, ਠੀਕ ਹੈ ਜੀ? ਅਤੇ ਅੱਜ ਵਾਲੀ ਵੀਡੀਓ ਦੀ ਸ਼ੁਰੂਆਤ ਕਰ ਰਹੇ ਹਾਂ ਆਪਾਂ ਹੈਂਡ ਐਮਬਰਾਇਡਰੀ ਵਾਲੇ ਸੂਟਸ ਤੋਂ। ਹਾਂਜੀ, ਤੁਸੀਂ ਸਾਡੇ ਤੋਂ ਸਟਿਚਿੰਗ ਵੀ ਕਰਵਾ ਸਕਦੇ ਹੋ, ਪ੍ਰਿੰਟਡ ਸੂਟਸ ਵੀ ਲੈ ਸਕਦੇ ਹੋ, ਪਲੇਨ ਸਟੱਫ ਵੀ ਸਾਡੇ ਕੋਲ ਅਵੇਲੇਬਲ ਹੁੰਦਾ। ਹਾਂਜੀ, ਸਾਰੀਆਂ ਵੀਡੀਓਜ਼ ਦੇਖ ਲਿਆ ਕਰੋ। ਜਦੋਂ ਤੁਸੀਂ ਇੱਕ ਵੀਡੀਓ ਦੇਖਦੇ ਹੋ ਨਾ, ਥੋੜਾ ਬੈਕ ਜਾ ਕੇ ਦੇਖ ਲਿਆ ਕਰੋ, ਫਿਰ ਤੁਹਾਨੂੰ ਸਾਡੇ ਕੰਮ ਦਾ ਪਤਾ ਚੱਲ ਜਾਣਾ ਹੈ। ਹਾਂਜੀ, ਇਹ ਹੈਗਾ ਜੀ ਆਪਣਾ ਸੂਟ, ਜਿਹੜਾ ਆਪਾਂ ਕਰੇਪ ਦੇ ਉੱਪਰ ਰੈਡੀ ਕੀਤਾ ਹੋਇਆ, ਪੀਚ ਪਿੰਕ ਕਲਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਹੈ ਜੀ, ਜਿਹੜਾ ਇਹਦਾ ਬਾਰਡਰ ਬਣਦਾ ਹੈ। ਜਸਟ ਬਰੀਕ ਲਾਈਨ ਆਪਾਂ ਮਜੈਂਟਾ ਸ਼ੇਡ ਦੀ ਦਿੱਤੀ ਹੋਈ ਹੈ, ਐਂਡ ਉਸ ਤੋਂ ਉੱਪਰੇ ਵਾਲੀ ਐਮਬਰਾਇਡਰੀ ਹੋਈ ਹੋਈ ਹੈ, ਠੀਕ ਹੈ? ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਇਹਦਾ ਸਾਈਡਸ ਦਾ ਡਿਜ਼ਾਈਨ ਰਹਿੰਦਾ ਹੈ। ਇਹ ਵਾਲਾ ਹੈਗਾ ਇਹਦੀਆਂ ਸਾਈਡਸ ਦਾ ਡਿਜ਼ਾਈਨ ਹੈ, ਕੰਮ ਹੈਗਾ ਤੁਸੀਂ ਜਿਹੜਾ ਕਲੋਜ਼ ਲੁੱਕ ਲੈ ਕੇ ਦੇਖ ਸਕਦੇ ਹੋ, ਠੀਕ ਹੈ ਜੀ? ਤੇ ਇਸ ਤਰ੍ਹਾਂ ਦੇ ਨਾਲ ਹੈਗਾ ਇਸ ਸੂਟ ਦਾ ਨੈਕ ਦਾ ਡਿਜ਼ਾਈਨ, ਵੀ ਸ਼ੇਪ ਨੈਕ ਬਣਦਾ ਹੈ, ਤੇ ਇਸ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਹੁੰਦੀ ਹੈ। ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ, ਠੀਕ ਹੈ? ਕੋਈ ਵੀ ਕਲਰ ਕੰਬੀਨੇਸ਼ਨ ਤੇ ਤੁਸੀਂ ਇਹਨੂੰ ਅਸੀਂ ਕਰਵਾ ਸਕਦੇ ਹੋ ਰੈਡੀ। ਇਸ ਤਰ੍ਹਾਂ ਦੇ ਨਾਲ ਇਹਦੀ ਬਾਜੂ ਦਾ ਡਿਜ਼ਾਈਨ ਹੈ, ਠੀਕ ਹੈ? ਇਹ ਸਾਰਾ ਹੈਗਾ ਬਾਜੂ ਦਾ ਡਿਜ਼ਾਈਨ ਰਹੇਗਾ। ਜਿਹੜੀ ਇਹ ਵਾਲੀ ਐਮਬਰੋਇਡਰੀ ਹੈ ਇਹ ਆਉਣੀ ਹੈ ਬੋਟਮ ਤੇ। ਇਹ ਸੂਟ ਆਪਣੇ ਕੋਲ ਵਿਦਾਊਟ ਸਟਿਚਿੰਗ ਜਾ ਰਿਹਾ, ਇਸ ਲਈ ਆਪ ਵਿਦਾਊਟ ਸਟਿਚਿੰਗ ਹੈਗਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਸ ਤਰ੍ਹਾਂ ਦੇ ਨਾਲ ਇਹ ਬੋਟਮ ਦਾ ਕੰਮ ਹੈ, ਠੀਕ ਹੈ ਜੀ? ਇਹ ਵਾਲੀ ਡਿਜ਼ਾਈਨਿੰਗ ਹੈ ਜਿਹੜੀ ਇਹ ਬੋਟਮ ਦੇ ਉੱਪਰ ਰਹੇਗੀ, ਉੱਪਰ ਨੂੰ ਸਪਰੈਡਿੰਗ ਆ ਜਾਏਗੀ। ਹਾਂਜੀ, ਤੇ ਨੈਕਸਟ ਹੈਗਾ ਇਹ ਵਾਲਾ ਆਪਣਾ ਸੂਟ, ਜਿਹੜਾ ਗਾਵਾਡੀਨ ਸਿਲਕ ਦੇ ਉੱਪਰ ਬਣਿਆ ਹੋਇਆ, ਠੀਕ ਹੈ ਜੀ? ਇਸ ਤਰ੍ਹਾਂ ਦੇ ਨਾਲ ਹੈਗਾ ਇਹਦਾ ਘੇਰਾ ਬਣਿਆ ਹੋਇਆ, ਫੁੱਲ ਹੈਵੀ ਸੂਟ ਬਣਿਆ ਹੋਇਆ। ਇਸ ਤਰ੍ਹਾਂ ਦੇ ਨਾਲ ਇੰਨਾ ਬਰਾਡ ਹੈਗਾ ਜਿਹੜਾ ਇਹਦਾ ਘੇਰੇ ਦਾ ਕੰਮ ਆਉਂਦਾ। ਇਸ ਤਰ੍ਹਾਂ ਦੇ ਨਾਲ ਉੱਪਰ ਪੈਟਰਨ ਜਾਂਦਾ ਹੈ, ਇਹ ਸਾਈਡਾਂ ਤੇ ਜਾਏਗਾ, ਇਹ ਤੁਹਾਡੇ ਸੈਂਟਰ ਦੇ ਵਿੱਚ ਆਏਗਾ, ਐਂਡ ਸਕੁਅਰ ਸ਼ੇਪ ਹੈਗਾ ਜਿਹੜਾ ਆਪਾਂ ਨੈਕ ਬਣਾਇਆ ਹੋਇਆ। ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ, ਕਿਸੇ ਵੀ ਸਟੱਫ ਤੇ ਬਣਵਾ ਸਕਦੇ ਹੋ। ਇਸ ਤਰ੍ਹਾਂ ਦੇ ਨਾਲ ਇਹਦਾ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ, ਐਂਡ ਇਹ ਆਪਾਂ ਦੁਪੱਟੇ ਦੇ ਕਾਰਨਰਸ ਤੇ ਤੇ ਸੈਂਟਰ ਦੇ ਵਿੱਚ ਲਿਆ ਹੋਇਆ, ਆਪਾਂ ਤੁਹਾਨੂੰ ਦੁਪੱਟਾ ਵੀ ਦਿਖਾਵਾਂਗੇ। ਤੇ ਇਸ ਤਰ੍ਹਾਂ ਦੇ ਨਾਲ ਹੈਗਾ ਇਹਦਾ ਬੋਟਮ ਦਾ ਕੰਮ। ਹਾਂਜੀ, ਤੇ ਇਹ ਇਸ ਸੂਟ ਦਾ ਦੁਪੱਟਾ, ਲੇਸ ਦੇ ਨਾਲ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ, ਐਂਡ ਇਸ ਤਰ੍ਹਾਂ ਦੇ ਨਾਲ ਚਾਰੇ ਕਾਰਨਰਸ ਤੇ ਵਾਲੇ ਫਲਾਵਰ ਨੇ, ਐਂਡ ਲੰਬੇ ਪੱਲਿਆਂ ਤੇ ਇਹ ਆਪਾਂ ਤਿੰਨ ਫਲਾਵਰ ਲਏ ਨੇ, ਠੀਕ ਹੈ? ਤਿੰਨ ਤੇ ਆ ਜਾਣਗੇ, ਲੰਬੇ ਪੱਲਿਆਂ ਦੇ ਤਿੰਨ ਫਲਾਵਰ, ਛੋਟੇ ਪੱਲਿਆਂ ਤੇ ਦੋ ਦੋ ਫਲਾਵਰ। ਹਾਂਜੀ, ਤੇ ਨੈਕਸਟ ਇਹ ਆ ਗਏ ਜਿਹਨਾਂ ਨੇ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਸੀ, ਆਪਣੇ ਸੂਟਸ ਫੋਇਲਿੰਗ ਵਾਲੇ, ਬਲੌਕ ਪ੍ਰਿੰਟ ਵਾਲੇ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਜੀ ਇਹਦਾ ਘੇਰੇ ਦਾ ਪੈਟਰਨ, ਠੀਕ ਹੈ? ਇਸ ਤਰ੍ਹਾਂ ਦੇ ਨਾਲ ਹੈਗਾ ਗਲਿਟਰ ਦਾ ਸਟੱਫ ਰਹੇਗਾ ਜੀ। ਇਸ ਤਰ੍ਹਾਂ ਦੇ ਨਾਲ ਨੈਕ ਦਾ ਹੈਗਾ ਜਿਹੜਾ ਪੈਟਰਨ ਬਣਿਆ ਹੋਇਆ, ਇਹ ਹੈਗਾ ਜਿਹੜਾ ਇਹ ਡਿਜ਼ਾਈਨ ਆ ਜਾਣਾ ਤੁਹਾਡੇ ਬੈਕ ਘੇਰੇ ਦੇ ਉੱਪਰ, ਵਿਦ ਦੁਪੱਟਾ ਸੂਟਸ ਰਹਿਣਗੇ ਜੀ। ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਜਾਏਗਾ। ਇਸ ਤਰ੍ਹਾਂ ਦੇ ਨਾਲ ਹੈਗਾ ਇਹਦਾ ਦੁਪੱਟੇ ਦਾ ਡਿਜ਼ਾਈਨ, ਸੈਂਟਰ ਦੇ ਵਿੱਚ ਸਾਰੇ ਇਹ ਵਾਲੇ ਪੈਟਰਨਸ ਬਣੇ ਹੋਏ ਨੇ, ਐਂਡ ਸਾਈਡਸ ਤੇ ਇਸ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਹੈ। ਇਹ ਹੈਗੀ ਛੋਟੇ ਪੱਲਿਆਂ ਦੇ ਉੱਪਰ, ਫੁੱਲ ਹੈਵੀ ਲੁੱਕ ਦੇ ਵਿੱਚ ਆਉਂਦੇ ਨੇ ਇਹ ਵਾਲੇ ਸੂਟਸ। ਹਾਂਜੀ, ਨੈਕਸਟ ਆਪਣਾ ਇਹ ਵਾਲਾ ਸੂਟ ਹੈ,
ਠੀਕ ਹੈ, ਸੀ ਗ੍ਰੀਨ ਕਲਰ ਦੇ ਉੱਪਰ ਬਣਿਆ ਹੋਇਆ, ਗਲਿਟਰ ਦੇ ਉੱਪਰ ਇਹ ਬਣਿਆ ਹੋਇਆ, ਇਹ ਵਾਲਾ ਸਾਰਾ ਹੈਗਾ ਫਰੰਟ ਸ਼ਰਟ ਦਾ ਪੈਟਰਨ ਹੈ, ਠੀਕ ਹੈ, ਇਹ ਆ ਜਾਣਾ ਘੇਰੇ ਦਾ ਪੈਟਰਨ, ਤੇ ਇਹ ਵਾਲਾ ਜਿਹੜੀ ਚੀਜ਼ ਆ ਇਹ ਤੁਹਾਡੀ ਬਾਜੂ ਤੇ ਆਏਗੀ ਇਸ ਤਰ੍ਹਾਂ ਦੇ ਨਾਲ, ਠੀਕ ਹੈ, ਇਹ ਹੈਗਾ ਸ਼ਰਟ ਦਾ ਬੈਕ, ਸ਼ਰਟ ਦੀ ਬੈਕ ਤੇ ਇਸ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਆ ਪੱਤੇ ਬਣੇ ਹੋਏ, ਹਾਂਜੀ, ਤੇ ਇਹ ਹੈਗਾ ਇਹਦਾ ਦੁਪੱਟਾ, ਸੇਮ ਸਟੱਫ ਦਾ ਹੀ ਦੁਪੱਟਾ ਰਹੇਗਾ ਇਸ ਤਰ੍ਹਾਂ ਦੇ ਨਾਲ, ਬਾਰਡਰਸ ਨੇ ਇਹਨਾਂ ਦੇ ਬਹੁਤ ਪਸੰਦ ਕੀਤੇ ਜਾ ਰਹੇ ਨੇ ਵਾਲੇ ਸੂਟਸ, ਤੇ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਪੱਤੇ ਬਣੇ ਹੋਏ ਨੇ, ਹਾਂਜੀ, ਨੈਕਸਟ ਇਹ ਵਾਲਾ ਕਲਰ ਹੈ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਘੇਰਾ, ਐਂਡ ਉੱਪਰ ਨੂੰ ਇਹ ਵਾਲਾ ਪੈਟਰਨ ਆ ਜਿਹੜਾ ਇਹ ਸਾਰਾ ਜਾ ਰਿਹਾ, ਇਹ ਆ ਜਾਣਾ ਬਾਜੂ ਦਾ ਪੈਟਰਨ, ਤੇ ਅਗੇਨ ਸ਼ਰਟ ਦੀ ਬੈਕ ਤੇ ਇਸ ਤਰ੍ਹਾਂ ਦੇ ਨਾਲ ਰਹੇਗਾ, ਤੇ ਇਸ ਤਰ੍ਹਾਂ ਦੇ ਨਾਲ ਇਹ ਇਸਦਾ ਵੀ ਦੁਪੱਟਾ ਰਹੇਗਾ, ਸਾਰੀ ਸਾਈਡ ਤੇ ਵਾਲਾ ਬਾਰਡਰ ਆਏਗਾ, ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪੈਟਰਨ ਰਹੇਗਾ। ਨੈਕਸਟ ਹੈਗਾ ਜੀ ਫਰੋਜੀ ਕਲਰ ਦਾ, ਠੀਕ ਹੈ, ਸੇਮ ਹੀ ਇਸ ਦੇ ਉੱਪਰ ਬਣਿਆ ਹੋਇਆ, ਬਸ ਕਲਰਸ ਅਲੱਗ ਅਲੱਗ ਨੇ, ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹੀ ਸਿਲੈਕਟ ਕਰ ਸਕਦੇ ਹੋ। ਇਸ ਤਰ੍ਹਾਂ ਦੇ ਨਾਲ ਬਣਦਾ ਤੁਹਾਡਾ ਬਾਜੂ ਦਾ ਡਿਜ਼ਾਇਨ, ਐਂਡ ਸੇਮ ਹੈਗਾ ਜਿਹੜਾ ਤੁਹਾਡੀ ਬੈਕ ਤੇ ਆਏਗਾ, ਫਰੰਟ ਹੈ ਜਿਹੜਾ ਫੁੱਲ ਹੈਵੀ ਹੈ, ਐਂਡ ਬੈਕ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਪੈਟਰਨ ਬਣਿਆ ਹੋਇਆ, ਤੇ ਸੇਮ ਹੀ ਇਹਦਾ ਦੁਪੱਟਾ ਰਹੇਗਾ ਜੀ। ਹਾਂਜੀ, ਨੈਕਸਟ ਇਹ ਹੈਗਾ ਪੀਕੌਕ ਸ਼ੇਡ ਦੇ ਉੱਪਰ, ਮਨਚਲੀ ਦੇ ਸਟੱਫ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਬਣਨਾ ਹੈ ਨੈਕ ਡਿਜ਼ਾਇਨ, ਠੀਕ ਹੈ ਜੀ, ਤੇ ਸਾਰੀ ਸ਼ਰਟ ਦੇ ਵਿੱਚ ਇਹ ਵਾਲਾ ਪੈਟਰਨ ਆਏਗਾ, ਇਹ ਰਹੇਗਾ ਜੀ ਘੇਰੇ ਦਾ ਪੈਟਰਨ, ਇਹ ਤੁਹਾਡੇ ਘੇਰੇ ਤੇ ਆਏਗਾ, ਐਂਡ ਇਹ ਬਾਜੂ ਤੇ ਆਏਗਾ, ਹਾਂਜੀ, ਤੇ ਇਹ ਰਹੇਗਾ ਇਸ ਸੂਟ ਦਾ ਦੁਪੱਟਾ, ਸਾਰੀਆਂ ਸਾਈਡਸ ਦੇ ਉੱਪਰ ਆ ਜਿਹੜਾ ਲੰਬੇ ਪੱਲਿਆਂ ਦੇ ਉੱਪਰ ਇਹ ਵਾਲਾ ਬਾਰਡਰ ਬਣਿਆ ਹੋਇਆ, ਸੈਂਟਰ ਦੇ ਵਿੱਚ ਇਹ ਵਾਲਾ ਪੈਟਰਨ ਰਹੇਗਾ, ਹਾਂਜੀ, ਛੋਟੇ ਪੱਲਿਆਂ ਦੇ ਉੱਪਰ ਇਹ ਵਾਲਾ ਪੈਟਰਨ ਬਣੇਗਾ, ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਸੂਟ ਹੈ, ਸੇਮ ਸਟੱਫ ਦਾ ਹੀ ਮਨਚਲੀ ਦਾ ਹੀ ਦੁਪੱਟਾ ਰਹੇਗਾ, ਤੇ ਮਨਚਲੀ ਦਾ ਹੀ ਸੂਟ ਰਹੇਗਾ।